ਇਸ ਵੇਲੇ ਸਾਡੇ ਨਾਲ ਹਰਦੀਪ ਸਿੰਘ ਮੁੰਡੀਆ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਸਾਹਨੇਵਾਲ ਤੋਂ ਅੱਜ ਮੁੱਖ ਮੰਤਰੀ ਦੀ ਬੈਠਕ ਦੇ ਵਿੱਚ ਸ਼ਾਮਿਲ ਸਨ। ਕੀ ਕੁਛ ਉੱਥੇ ਚਰਚਾ ਹੋਈ ਹੈ, ਕਿਆ ਇੰਸਟਰਕਸ਼ਨ ਦਿੱਤੀਆਂ ਗਈਆਂ ਹਨ, ਅੱਗੋਂ ਕਿਸ ਤਰੀਕੇ ਦੀ ਪਲੈਨਿੰਗ ਹੈ ਆਮ ਆਦਮੀ ਪਾਰਟੀ ਦੀ, ਗੱਲਬਾਤ ਕਰਦੇ ਹਾਂ। ਸਰ, ਕੀ ਕੁਛ ਇੰਸਟਰਕਸ਼ਨਸ ਮਿਲੀਆਂ, ਕੀ ਗੱਲਬਾਤ ਅੰਦਰ ਰਹੀ ਮੁੱਖ ਮੰਤਰੀ ਸਾਹਿਬ? ਦੇਖੋ, ਲੋਕ ਸਭਾ ਵਾਈਜ ਜ਼ਿਆਦਾ ਸਾਡੀ ਫਤਿਹਗੜ੍ਹ ਸਾਹਿਬ ਦੀ ਲੋਕ ਸਭਾ ਨੇ ਪੂਰੇ ਵਿਧਾਇਕਾਂ ਨੂੰ ਅਤੇ ਲੋਕ ਸਭਾ ਦੇ ਉਮੀਦਵਾਰ ਫਤਿਹਗੜ੍ਹ ਸਾਹਿਬ ਦੇ ਗੁਰਪ੍ਰੀਤ ਸਿੰਘ ਜੀਪੀ ਜੀ ਦੇ ਨਾਲ ਸਾਨੂੰ ਅੱਜ ਬੁਲਾਇਆ ਗਿਆ। ਸੋ ਵਧੀਆ ਗੱਲਬਾਤ ਹੋਈ, ਕਿਉਂਕਿ ਸਾਰਿਆਂ ਨੇ, ਸਾਰੇ ਵਿਧਾਇਕਾਂ ਨੇ ਇਹ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਕੀਤੇ ਹੋਏ ਕੰਮਾਂ ਤੋਂ ਲੋਕ ਖੁਸ਼ ਨੇ, ਚਾਹੇ ਉਹ ਐਮਿਨਾ ਸਕੂਲ ਬਣਾਏ ਗਏ, ਮਹੱਲਾ ਕਲੀਨਿਕ ਬਣਾਏ ਗਏ ਜਿੱਥੇ ਹਜ਼ਾਰਾਂ ਲੋਕਾਂ ਨੇ ਆਪਣਾ ਇਲਾਜ ਫਰੀ ਕਰਾਇਆ, ਲੋਕਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਬੱਚੇ ਹਟਾ ਹਟਾ ਸਰਕਾਰੀ ਸਕੂਲਾਂ 'ਚ ਪਾਉਣੇ ਸ਼ੁਰੂ ਕਰਤੇ, ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ, ਐਮਿਨਸ ਸਕੂਲਾਂ ਦੇ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਮੁੱਖ ਮੰਤਰੀ ਸਾਹਿਬ 'ਤੇ ਹੋਰ ਜ਼ਿਆਦਾ ਬਣਿਆ, ਕਿਸਾਨ ਖੁਸ਼ ਹੈ, ਕਿਸਾਨਾਂ ਨੂੰ ਜਿਹੜੀ ਫਸਲ ਦੇ 12 ਘੰਟੇ ਜਿਹੜੀ ਫਸਲ ਖਰੀਦੀ ਗਈ, 24 ਘੰਟੇ ਜਿਹੜੇ ਅਕਾਊਂਟਾਂ 'ਚ ਪੈਸੇ ਆਏ ਗਏ, ਬਿਜਲੀ ਪਾਣੀ ਜਿਹੜਾ ਉਹਨਾਂ ਨੂੰ ਅੱਜ ਤੱਕ ਨਹੀਂ ਪਿਛਲੀਆਂ ਸਰਕਾਰਾਂ ਨੇ ਦਿੱਤਾ ਅਤੇ ਉਹ ਪਾਣੀ ਪੂਰਾ ਮਿਲਿਆ, ਜਿੱਥੇ ਰਾਤ ਭਰ ਜਾਗਦੇ ਰਹਿੰਦੇ ਸੀ, ਖੇਤਾਂ 'ਚ ਘੁੰਮਦੇ ਸੀ, ਸੱਪਾਂ ਦੀਆਂ ਸਿਰੀਆਂ ਵਹਿੰਦੇ ਸੀ, ਉਹਨਾਂ ਨੂੰ ਦਿਨੇ ਪਾਣੀ ਮਿਲਦਾ ਅਤੇ ਪੂਰੀ ਬਿਜਲੀ ਮਿਲਦੀ ਅਤੇ ਪੂਰਾ ਪਾਣੀ ਫਸਲ ਨੂੰ ਲੱਗਦਾ। ਸੋ ਲੋਕ ਜਿਹੜੇ ਆ ਮੁੱਖ ਮੰਤਰੀ ਸਾਹਿਬ ਤੋਂ ਖੁਸ਼ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ, ਕਿਉਂਕਿ ਜੇ 2 ਸਾਲ ਹੋਏ ਨੇ, 3 ਸਾਲ ਬਾਕੀ ਨੇ, ਲੋਕਾਂ ਨੂੰ ਮੁੱਖ ਮੰਤਰੀ ਸਾਹਿਬ 'ਤੇ ਵਿਸ਼ਵਾਸ ਹੈ, ਕਿਉਂਕਿ ਪਿਛਲਾ 70-75 ਸਾਲਾਂ ਦਾ ਜਿਹੜਾ ਪਿਆ ਹੋਇਆ ਗੰਦ ਹੈ, ਜੇ ਪੰਜਾਬ ਨੂੰ ਰੰਗਲਾ ਪੰਜਾਬ ਕੋਈ ਬਣਾ ਸਕਦਾ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਆਮ ਆਦਮੀ ਪਾਰਟੀ ਬਣਾ ਸਕਦਾ। ਇਹ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਦੇ ਵਿੱਚ, ਅਗਰ ਗੱਲ ਕਰੀਏ ਤਾਂ ਇੱਕ ਅਜੇ ਟਾਈਮ ਪਿਆ ਪੰਜਾਬ ਦੇ ਵਿੱਚ ਜਦੋਂ ਚੋਣ ਹੋਣੀ, ਕਿਆ ਕੁਝ ਫਾਈਨਲ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਕਿ ਆਪਾਂ 19 ਤਰੀਕ ਤੋਂ ਮੀਟਿੰਗਾਂ ਕਰਾਂਗੇ? ਮੀਟਿੰਗਾਂ ਤਾਂ ਇੱਥੇ ਸ਼ੁਰੂ ਹੋਈਆਂ ਨੇ, ਤੁਹਾਡੇ ਹਲਕੇ 'ਚ ਜਾਵਾਂਗੇ, ਉੱਥੇ ਰੈਲੀਆਂ ਕਰਾਂਗੇ, ਸੰਪਰਕ ਇਸ ਤਰੀਕੇ ਨਾਲ ਸਾਧਾਂਗੇ, ਸਟਾਰ ਕੈਂਪੇਨਰ ਸਾਡੇ ਆਉਣਗੇ, ਮੁੱਖ ਮੰਤਰੀ ਜਾਂ ਮੰਤਰੀ ਉੱਥੇ ਆਉਣਗੇ? ਦੇਖੋ, ਮੁੱਦੇ ਕੀ ਹੈ, ਮੁੱਖ ਮੰਤਰੀ ਸਾਹਿਬ ਨੇ 2 ਸਾਲਾਂ 'ਚ ਕੰਮ ਹੀ ਇੰਨੇ ਕੀਤੇ ਆ, ਦੇਖੋ ਜਿੰਨੀਆਂ ਗਰੰਟੀਆਂ ਦਿੱਤੀਆਂ ਸਾਰੀਆਂ ਪੂਰੀਆਂ ਕੀਤੀਆਂ, ਜੇ ਕਦੀ ਵੀ ਗਰੰਟੀ ਆ ਉਹ ਜਲਦ ਪੂਰੀ ਹੋਣ ਜਾ ਰਹੀ ਆ। ਸੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਆਮ ਆਦਮੀ ਪਾਰਟੀ ਦੇ ਸਾਰੇ 13 ਜ਼ੀਰੋ ਦੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਆਵਾਜ਼ ਕੱਢੀ ਹੋਈ ਹੈ ਅਤੇ ਪੂਰਾ ਪੰਜਾਬ ਪੂਰੀ ਕਰੂਗਾ, ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਜਿਹੜਾ 70-75 ਸਾਲਾਂ ਦਾ ਪਿਆ ਹੋਇਆ ਗੰਦ ਮੁੱਖ ਮੰਤਰੀ ਸਾਹਿਬ ਨੇ 2 ਸਾਲਾਂ 'ਚ ਇੰਨਾ ਨਿਬੇੜਿਆ, ਇੰਨਾ ਜਿਹੜੇ MLA ਨੂੰ 1 ਪੈਨਸ਼ਨ ਕੀਤੀ, ਜਿਹੜੀਆਂ 10-10 ਪੈਨਸ਼ਨਾਂ ਲੈਂਦੇ ਸੀ, 5-5 ਪੈਨਸ਼ਨਾਂ ਲੈਂਦੇ ਸੀ, ਬਿਜਲੀ ਦੇ ਬਿੱਲ 0 ਹੋਏ, ਕਿਸਾਨ ਖੁਸ਼ ਹੈ, 40,000 ਤੋਂ ਪਲੱਸ ਰੁਜ਼ਗਾਰ ਦਿੱਤਾ, ਆਉਣ ਵਾਲੇ ਟਾਈਮ 'ਚ ਹਰ ਸਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ, ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲਣੀ ਹੈ, ਬਿਜਲੀ ਦੇ ਬਿੱਲ 0 ਹੋਏ, ਇਹ ਚੀਜ਼ਾਂ ਨੂੰ ਦੇਖਦੇ ਹੋਏ ਕਿਸਾਨ ਖੁਸ਼ ਹੈ, ਬੱਚੇ ਖੁਸ਼ ਹੈ, ਬੱਚਿਆਂ ਦੇ ਪੇਰੈਂਟਸ ਖੁਸ਼ ਹੈ, ਇੰਡਸਟਰੀਲਿਸਟ ਖੁਸ਼ ਹੈ। ਮੇਰੇ ਹਲਕੇ 'ਚ ਜਿਵੇਂ ਵੱਡੇ ਵੱਡੀਆਂ ਇੰਡਸਟਰੀਆਂ ਆਈਆਂ, ਟਾਟਾ ਸਟੀਲ ਇੰਡਸਟਰੀ ਆਈ, ਪੇਂਟ ਇੰਡਸਟਰੀ ਆਈ, ਕਿਉਂਕਿ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਇੰਡਸਟਰੀਲਿਸਟ ਖੁਸ਼ ਹੈ, ਜਿਹੜੇ ਮੇਰੇ ਹਲਕੇ ਫੋਕਲ ਪੁਆਇੰਟ ਪੈਂਦਾ ਉੱਥੇ 50 ਕਰੋੜ ਦੀਆਂ ਸੜਕਾਂ ਬਣੀਆਂ, ਪੁਲ ਬਣੇ, ਉਹ ਕਹਿਣ ਦਾ ਮਤਲਬ ਕਿ ਮੁੱਖ ਮੰਤਰੀ ਸਾਹਿਬ ਨੇ 2 ਸਾਲਾਂ 'ਚ ਇੰਨੇ ਕੰਮ ਕਰਤੇ ਅਤੇ ਅਜੇ ਆਉਣ ਵਾਲੇ 3 ਸਾਲਾਂ 'ਚ ਬਹੁਤ ਕੰਮ ਹੋਣਗੇ ਅਤੇ ਮੁੱਖ ਮੰਤਰੀ ਸਾਹਿਬ 'ਤੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇ ਪੰਜਾਬ ਨੂੰ ਕੋਈ ਰੰਗਲਾ ਪੰਜਾਬ ਬਣਾ ਸਕਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਬਣਾ ਸਕਦਾ। ਵਿਧਾਇਕ ਜਿਹੜੇ ਹਨ ਤੁਹਾਡੇ ਭਾਜਪਾ 'ਚ ਸ਼ਾਮਿਲ ਹੋ ਗਏ, ਕਈ ਹੋਰ ਲੀਡਰ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਚਰਚਾ ਵੀ ਵਿੱਚ ਉੱਠ ਰਹੀ ਹੈ ਕਿ ਹੋਰ ਵੀ ਵਿਧਾਇਕ ਜਿਹੜੇ ਹਨ ਉਹ ਜਾ ਸਕਦੇ ਨੇ, ਤੁਹਾਡਾ ਨਾਮ ਵੀ ਚਰਚਾ ਦੇ ਵਿੱਚ ਉੱਠ ਰਿਹਾ ਕਿ ਤੁਹਾਡੇ ਨਾਲ ਤਾਂ ਨਹੀਂ ਸੰਪਰਕ ਭਾਜਪਾ ਦਾ ਹੈਗਾ ਜੀ? ਦੇਖੋ, ਜਿੰਨੇ ਮਰਜ਼ੀ ਸੰਪਰਕ ਕਰ ਲੈਣ, ਫੇਕ ਬਣਾ ਬਣਾ ਪਾਈ ਜਾਂਦੇ ਆ, ਅਸੀਂ ਤਾਂ ਇਮਾਨਦਾਰ ਸਿਪਾਹੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ, ਅਰਵਿੰਦ ਕੇਜਰੀਵਾਲ ਜੀ ਦੇ, ਅਤੇ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਅਸੀਂ ਇਸ ਮੱਥੇ ਦੇ ਉੱਤੇ ਅੱਜ ਕਾਲੀ 50 ਸੋਹਣੀ ਪੱਗ ਸਜਾਈ ਹੈ ਅਤੇ ਗਦਾਰ ਦਾ ਕਲੰਕ ਨਹੀਂ ਲਵਾਵਾਂਗੇ, ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬੱਚਿਆਂ ਵਾਂਗ ਉਹਨਾਂ ਦੇ ਨਾਲ ਰਹਿ ਕੇ ਕੰਮ ਕਰ ਰਹੇ ਹਾਂ ਅਤੇ ਇਮਾਨਦਾਰੀ ਨਾਲ ਪਾਰਟੀ 'ਚ ਰਵਾਂਗੇ। ਔਰ ਪੂਰੇ ਪੰਜਾਬ ਦੇ ਵਿੱਚੋਂ ਸੰਪਰਕ ਕੁਝ ਤੁਹਾਡੇ ਨਾਲ ਕੀਤਾ ਗਿਆ? ਸੰਪਰਕ ਕਰਦੇ ਆ ਜੀ, ਫੋਨਾਂ ਆ ਜਾਂਦੀਆਂ, ਕਿਸੇ ਤਾਂ ਕਦੀ ਕਿਸੇ ਨੂੰ ਕਹਿ ਦਿੰਦੇ ਆ ਜੀ ਕੋਈ ਮਿਲਾ ਦਿੰਦੇ ਹਾਂ, ਅਸੀਂ ਉਹ ਗਦਾਰਾਂ ਦੇ ਵਿੱਚ ਹੈ ਨਹੀਂ, ਜਿਵੇਂ ਜਲੰਧਰ 'ਚ ਰਿੰਕੂ ਅਤੇ ਉਹਨਾਂ ਨੇ ਸ਼ੀਤਲ ਉਗਰਾਲ ਨੇ ਕੀਤਾ, ਅਸੀਂ ਉਹ ਗਦਾਰਾਂ ਦੀ ਲਿਸਟ 'ਚ ਆਪਣਾ ਨਾਂ ਨਹੀਂ ਪਾਉਣਾ ਚਾਹੁੰਦੇ। ਫੋਨ ਕਰਕੇ ਕਹਿੰਦੇ ਕਿ ਤੁਸੀਂ ਸਾਡੇ ਪਾਰਟੀ 'ਚ ਸ਼ਾਮਿਲ ਹੋ ਜਾਓ, ਇੱਦਾਂ ਮਤਲਬ ਔਫਰਾਂ ਆ ਰਹੀਆਂ,
50 ਕਰੋੜ ਦੀਆਂ ਆਫਰਾਂ ਆਉਂਦੀਆਂ ਵੀ ਤੁਹਾਨੂੰ ਮਿਲਾ ਦਿੰਦੇ ਹਾਂ, 50 ਕਰੋੜ ਦਵਾ ਦਿੰਦੇ ਹਾਂ, ਤੁਸੀਂ ਜਿੱਥੇ ਜੋ ਤੁਸੀਂ ਹਾਂ ਹੀ ਕਹਿਣੀ ਹੈ। ਸਾਨੂੰ ਕਰੋੜਾਂ ਰੁਪਈਆ ਦੇਣ, ਸਾਨੂੰ 50 ਕਰੋੜ ਕੀ ਹਜ਼ਾਰਾਂ ਕਰੋੜਾਂ ਰੁਪਈਆ ਵੀ ਦੇਣ, ਇਹ ਹਰਦੀਪ ਸਿੰਘ ਮੁੰਡੀਆਂ ਵਿਕਣ ਵਾਲਾ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਸਪਾਹੀ ਆ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਪਾਹੀ ਆ, ਪੂਰੀ ਸਾਨੂੰ ਜੇਲ੍ਹਾਂ 'ਚ ਸੁੱਟ ਦੇਣ, ਜੋ ਸਾਡੇ ਪਾਰਟੀ ਸੁਪਰੀਮੋ ਨੂੰ ਜੇਲ੍ਹ 'ਚ ਸੁੱਟਿਆ, ਸਤਿੰਦਰ ਜੈਨ ਜੀ ਨੂੰ ਜੇਲ੍ਹ 'ਚ ਸੁੱਟਿਆ, ਮਨੀਸ਼ ਸਿਸੋਦੀਆ ਨੂੰ ਸੁੱਟਿਆ, ਸੰਜੇ ਸਿੰਘ ਜੀ ਕੱਲ੍ਹ ਆ ਗਏ ਬਾਹਰ, ਉਹਨਾਂ ਨੂੰ ਸੁੱਟਿਆ, ਅਸੀਂ ਉਹ ਸਿਪਾਹੀ ਹਾਂ। ਸਾਨੂੰ ਸਾਰੇ ਆਮ ਆਦਮੀ ਪਾਰਟੀ ਦੇ ਹਰ ਵਰਕਰ ਜੇਲ੍ਹ ਜਾਣ ਨੂੰ ਤਿਆਰ ਹੈ, ਪਰ ਆਮ ਆਦਮੀ ਪਾਰਟੀ ਨਹੀਂ ਸਕਦੀ। ਧੰਨਵਾਦ। ਬਿਲਕੁਲ, ਤੁਸੀਂ ਸੁਣ ਰਹੇ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ, ਨਾ ਕੇਵਲ ਉਹਨਾਂ ਨੇ ਦੱਸਿਆ ਕਿ ਕਿਹੜੇ ਮੁੱਦੇ ਅੰਦਰ ਡਿਸਕਸ਼ਨ ਕੀਤੀ ਗਈ ਹੈ, ਨਾਲੇ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਲਗਾਤਾਰ ਫੋਨ ਕੀਤੇ ਜਾ ਰਹੇ ਨੇ ਅਤੇ ਸੰਪਰਕ ਸਾਧੇ ਜਾ ਰਹੇ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਸਾਡੀ ਪਾਰਟੀ 'ਚ ਸ਼ਾਮਲ ਹੋ ਜਾਓ। ਕੈਮਰਾਮੈਨ ਸੁਰਿੰਦਰ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਣੀ।